ਪ੍ਰੀਤ ਸੋਮਲ ਜੀ ਅੱਜ ਜਿਹੜੀ ਆ ਕਿ ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਵਿੱਚ ਬੜਾ ਵੱਡਾ ਸਮਾਗਮ ਹੋਇਆ ਜਿਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕਿ ਅੱਜ ਕਾਂਗਰਸ ਪੰਜਾਬ ਪ੍ਰਦੇਸ਼ ਦੀ ਜਿਹੜੀ ਆ ਕਿ ਪ੍ਰਧਾਨਗੀ ਦਿੱਤੀ ਗਈ ਹੈ ਤੇ ਉਹਦੇ ਵਿੱਚ ਚੰਡੀਗੜ੍ਹ ਤੇ ਜੋ ਬਹੁਤ ਵੱਡਾ ਇਕੱਠ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕਿਸਾਨੀ ਮਸਲਿਆਂ ਤੇ ਅਤੇ ਚੰਡੀਗੜ੍ਹ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਧਰਨੇ ਮੁਜ਼ਾਰੇ ਕਰਦੇ ਹੋ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕੀ ਲਗਾਤਾਰ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਧਰਨਿਆਂ ਨੂੰ ਰੋਕਿਆ ਜਾਂਦਾ ਸੋ ਕੀ ਸਾਰਾ ਗੱਲ ਹੈਗੀ ਆ ਕਿਉਂ ਇਹ ਸਾਰਾ ਕੁਝ ਹੋਇਆ ਲੇਖੋ ਜੀ ਅ ਅੱਜ ਜਿਹੜਾ ਇਹ ਪ੍ਰੋਗਰਾਮ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਮੀਟਿੰਗ ਬੁਲਾ ਕੇ ਬਰਾੜ ਸਾਹਿਬ ਨੇ ਬਿਆਨ ਦਿੱਤਾ ਕਿ ਚੰਡੀਗੜ੍ਹ ਦੇ ਵਿੱਚ ਅਗਲੇ 60 ਦਿਨਾਂ ਦੇ ਲਈ ਧਾਰਾ 144 ਲਗਾਈ ਜਾਂਦੀ ਆ ਧਾਰਾ 144 ਦੇ ਤਹਿਤ ਤੁਸੀਂ 1 ਪੰਜ ਤੋਂ ਵੱਧ ਕਿਤੇ ਵੀ ਇਕੱਠ ਨਹੀਂ ਕਰ ਸਕਦੇ ਇਸ ਤੋਂ ਇਸ ਤੋਂ ਉਲਟ ਇੱਥੇ ਭਾਜਪਾ ਵਾਲੇ ਪਹਿਲਾਂ ਇਕੱਠ ਕਰਦੇ ਆਏ ਆ ਤੇ ਸਾਡੇ ਕਿਸਾਨਾਂ ਨੂੰ ਚਾਹੇ 5 ਹੋਣ ਚਾਹੇ 6 ਹੋਣ ਉਹਨਾਂ ਨੂੰ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਅੱਜ ਤਾਂ ਬੇਸ਼ਰਮੀ ਦੀ ਹੱਦ ਹੋ ਗਈ ਹੈ ਇਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਸਮੁੱਚੇ ਜਿੰਨੀ ਵੀ ਟੀਮ ਹੈ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤਾਂ ਬੇਸ਼ਰਮੀ ਦੀ ਹੱਦ ਲਾ ਦਿੱਤੀ ਗਈ ਹੈ ਕਿ ਦਫਾ 44 ਆਪ ਲਗਾ ਕੇ ਤੇ ਕਾਂਗਰਸ ਦਾ ਐਡਾ ਵੱਡਾ ਪ੍ਰੋਗਰਾਮ ਉਹ ਵੀ ਮਟਕਾ ਚੌਂਕ ਤੋਂ ਲੈ ਕੇ ਪੀਜੀਆ ਚੌਂਕ ਤੱਕ ਜਿਹੜਾ 11 ਔਰ 15 ਦੀ ਰੋਡ ਆ ਉਸ ਨੂੰ ਬੰਦ ਕਰਕੇ ਪ੍ਰੋਗਰਾਮ ਕੀਤਾ ਗਿਆ ਜਿਸ ਰੋਡ ਦੇ ਉੱਤੇ ਸਭ ਤੋਂ ਵੱਧ ਐਂਬੂਲੈਂਸਾਂ ਹੁੰਦੀਆਂ ਨੇ ਅੱਜ ਉਹਨਾਂ ਮਰੀਜ਼ਾਂ ਦਾ ਕੀ ਬਣਿਆ ਹੋਣਾ ਇੱਕ ਸਵਾਲ ਵੀ ਮੈਂ ਪ੍ਰਸ਼ਾਸਨ ਦੇ ਉੱਤੇ ਕਰਨਾ ਚਾਹੁੰਦਾ ਹੈ ਕਿ ਕੀ 144 ਜੇ ਕਿਸਾਨ ਧਰਨੇ ਵਿਚਾਰੇ ਕਰਦੇ ਆ ਜਾਂ ਚੰਡੀਗੜ੍ਹ ਦੇ ਵਿੱਚ ਕੋਈ ਟੀਚਰ ਬਧਰਨੇ ਵਿਚਾਰੇ ਕਰਦੇ ਆ ਇਹ ਸਾਡੇ ਵੱਲੋਂ ਕੋਈ ਧਰਨੇ ਮੁਜ਼ਾਰੇ ਕੀਤੇ ਜਾਂਦੇ ਆਪਣੇ ਦੁੱਖ ਦਰਦਾਂ ਵਾਸਤੇ ਤਾਂ ਉਹਨਾਂ ਵਾਸਤੇ 144 ਲਗਾਈ ਗਈ ਆ ਉਹਨਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਤਾਂ ਤੁਸੀਂ ਚੱਕ ਲੈਣੇ ਆ ਕਿ ਇਹ ਕੋਈ ਕਾਰਵਾਈ ਹੋਊਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਉੱਤੇ ਕਿ ਉਹਨਾਂ ਪੁਲਿਸ ਵਾਲਿਆਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਊਗੀ ਜਿਨ੍ਹਾਂ ਨੇ ਅੱਜ ਗੱਡੀਆਂ ਨੂੰ ਯੂਨੀਵਰਸਿਟੀ ਵਾਲੀ ਰੋਡ ਦੇ ਉੱਤੇ ਪੀਜੀਆਈ ਦੇ ਸਾਹਮਣੇ ਰੋਡ ਦੇ ਉੱਤੇ ਅੱਜ ਰੁਕਣ ਵਾਸਤੇ ਉਹਨਾਂ ਨੂੰ ਆਪ ਸਲਾਹਾਂ ਦੇ ਰਹੇ ਸੀ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਊਗੀ ਇੱਕ ਆਮ ਇਨਸਾਨ ਦੀ ਚੰਡੀਗੜ੍ਹ ਦੇ ਵਿੱਚ ਵਸਣ ਵਾਲੇ ਇੱਕ ਆਮ ਇਨਸਾਨ ਦੀ ਗੱਡੀ ਦਾ ਤਾਂ ਉਦੋਂ ਹੀ ਚਲਾਨ ਕਰ ਦਿੱਤਾ ਜਾਂਦਾ ਜਦੋਂ ਉਹ ਪਾਰਕਿੰਗ ਤੋਂ ਬਾਹਰ ਖੜੀ ਹੋਵੇ ਭਾਵੇਂ ਉਸਨੇ ਇੱਕ ਸੈਕਿੰਡ ਦੇ ਲਈ ਜਾਂ ਦੋ ਸੈਕਿੰਡ ਦੇ ਲਈ ਹੀ ਆਪਣੇ ਕਿਸੇ ਕੰਮ ਵਾਸਤੇ ਗਿਆ ਹੋਵੇ ਅੱਜ ਇਹਨਾਂ ਸਮੂੱਚੀਆਂ ਗੱਡੀਆਂ ਦੇ ਚਲਾਨ ਹੋਣਗੇ ਬੜਾ ਵੱਡਾ ਸਵਾਲ ਆ ਇਹ ਇਸ ਕਰਕੇ ਮੈਂ ਸੋਚਦਾ ਕਿ ਇਸ ਤਰ੍ਹਾਂ ਦੀ ਦੂਰੀ ਨੀਤੀ ਹੈ ਜਿਹੜੀ ਇਹ ਪ੍ਰਸ਼ਾਸਨ ਦੀ ਕਿ ਪੋਲੀਟਿਸ਼ੀਅਨ ਪੋਲੀਟਿਕਸ ਵਾਸਤੇ ਹੋਰ ਆਮ ਪਬਲਿਕਸ ਵਾਸਤੇ ਹੋਰ ਇਹ ਬੜੀ ਨਿੰਦਣਯੋਗ ਆ ਆਪਣਾ 소ਮਾ ਜੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਦਫਾ 144 ਚੰਡੀਗੜ੍ਹ ਦੇ ਵਿੱਚ ਲੱਗੀ ਹੋਈ ਆ ਇਹ ਕਦੋਂ ਤੋਂ ਸ਼ੁਰੂ ਹੋਈ ਹੋਈ ਆ ਇਹ ਕੋਈ ਪਿਛਲੇ 3 ਜਾਂ 4 ਦਿਨਾਂ ਤੋਂ ਮੈਨੂੰ ਐਗਜ਼ੈਕਟ ਡੇਟ ਤਾਂ ਨਹੀਂ ਯਾਦ ਹੈ ਜ ਇਹ ਜਦੋਂ 48 ਦੇ ਵਿੱਚ ਭਾਜਪਾ ਦੀਆਂ ਗੱਡੀਆਂ ਦੇ ਉੱਤੇ ਇੱਕ ਸ਼ਰਾਰਤੀ ਅੰਸਰ ਵੱਲੋਂ ਹਮਲਾ ਕੀਤਾ ਜਾਂਦਾ ਤੇ ਕਿਸਾਨਾਂ ਦਾ ਨਾਂ ਲਗਾਇਆ ਜਾਂਦਾ ਉਸ ਤੋਂ ਦੂਸਰੇ ਦਿਨ ਦਫਾ 44 ਲਗਾ ਦਿੱਤੀ ਗਈ ਸੀ ਉਸ ਤੋਂ ਦੂਸਰੇ ਦਿਨ ਦਫਾ 44 ਅਗਲੇ 60 ਦਿਨਾਂ ਵਾਸਤੇ ਲਗਾ ਦਿੱਤੀ ਗਈ ਸੀ ਇਹ ਪੂਰੇ ਚੰਡੀਗੜ੍ਹ ਚ ਲੱਗੀ ਹੋਈ ਹੈ ਪੂਰੇ ਚੰਡੀਗੜ੍ਹ ਦੇ ਵਿੱਚ ਲਗਾਈ ਗਈ ਆ ਕੋਈ ਵੀ ਥਾਂ ਉਹਨਾਂ ਨੇ ਇਹੋ ਜਿਹੀ ਨਹੀਂ ਛੱਡੀ ਕਿ ਜਿੱਥੇ ਦਫਾ ਚਤਾਲੀ ਨਾ ਹੋਵੇ ਅਰੇ ਦੂਜੇ ਪਾਸੇ ਇਹ ਵੀ ਦਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਸੈਕਟਰ 15 ਦੇ ਠੇਕੇ ਉੱਤੇ ਕਾਂਗਰਸ ਵੱਲੋਂ ਲਿਆਂਦੇ ਹੋਏ ਨੁਮਾਇੰਦਿਆਂ ਦੇ ਵੱਲੋਂ ਲਿਆਂਦੇ ਹੋਏ ਪਬਲਿਕ ਦਾ ਇੰਨਾ ਜੰਬੜਾ ਲੱਗਿਆ ਹੋਇਆ ਸੀ ਕਿ ਉਹ ਦੇਖਣਾ ਬਣਦਾ ਸੀ ਇੰਨੇ ਜ਼ਿਆਦਾ ਭੀੜ ਠੇਕਿਆਂ ਉੱਤੇ ਇਕੱਠੀ ਹੋਈ ਸੀ ਚੰਡੀਗੜ੍ਹ ਦੀ ਮਾਰਕੀਟ ਦੇ ਵਿੱਚ 15 ਸੈਕਟਰ ਦੀ ਮਾਰਕੀਟ ਦੇ ਵਿੱਚ ਇਕੱਠੀ ਹੋਈ ਸੀ ਕਿ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸਦੇ ਹੀ ਉਲਟ ਮੈਂ ਦੂਸਰੇ ਪਾਸੇ ਪੱਖ ਲੈ ਕੇ ਜਾਣਾ ਚਾਹੂਗਾ ਕਿ ਪਿਛਲੇ ਦਿਨਾਂ ਦੇ ਵਿੱਚ ਬੜੈਲ ਦੇ ਵਿੱਚ ਭਾਜੀਪੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਦਫਾ 44 ਹੁੰਦੇ ਹੋਏ ਬੜੈਲ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਂਦਾ ਹੈ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਕਾਲੀਆਂ ਝੰਡੀਆਂ ਸ਼ਾਂਤਮਈ ਕਾਲੀਆਂ ਝੰਡੀਆਂ ਦਿਖਾਉਣ ਵਾਲਿਆਂ ਉੱਤੇ ਕਾਰਵਾਈ ਹੁੰਦੀ ਆ ਭਾਵੇਂ ਉੱਥੇ ਪੰਜ ਹੀ ਬੰਦੇ ਸੀ ਉਹਨਾਂ ਪੰਜਾਂ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਇਹ ਬਿਲਕੁਲ ਹੀ ਪ੍ਰਸ਼ਾਸਨ ਨੂੰ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਜੇਕਰ ਕਿਸਾਨਾਂ ਵਾਸਤੇ ਦਫਾ 44 ਲਗਾਈਏ ਤਾਂ ਹੋਰਾਂ ਵਾਸਤੇ ਵੀ ਦਫਾ 44 ਲਗਾਉਣੀ ਚਾਹੀਦੀ ਆ